ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਟ੍ਰਾਂਜ਼ਿਟ ਵੀਜ਼ੇ ਨੂੰ ਲੈ ਕੇ। ਬੜੇ ਸਾਰੇ ਲੋਕਾਂ ਦੀ ਇਨਕੁਆਇਰੀ ਆਉਂਦੀ ਹੈ, ਕਾਲਸ ਆਉਂਦੀਆਂ ਨੇ ਕਿ ਸਾਨੂੰ ਟ੍ਰਾਂਜ਼ਿਟ ਵੀਜ਼ਾ ਚਾਹੀਦਾ ਹੈਗਾ। ਲੋਕ ਸਮਝਦੇ ਨੇ ਕਿ ਟ੍ਰਾਂਜ਼ਿਟ ਲੈ ਕੇ ਅਸੀਂ ਆਸਟ੍ਰੇਲੀਆ ਵੜ ਕੇ ਆਪਣਾ ਕੋਈ ਕੰਮ ਕਾਰ ਕਰ ਲਾਂਗੇ। ਟ੍ਰਾਂਜ਼ਿਟ ਨੂੰ ਇਸ ਤਰ੍ਹਾਂ ਲੈਂਦੇ ਨੇ ਕਿ ਹਰ ਇੱਕ ਬੰਦੇ ਨੂੰ ਟ੍ਰਾਂਜ਼ਿਟ ਮਿਲ ਜਾਂਦਾ। ਆਸਟ੍ਰੇਲੀਆ ਦਾ ਟ੍ਰਾਂਜ਼ਿਟ ਸਿਰਫ ਇੱਕ ਹੀ ਸ਼ਰਤ 'ਤੇ ਮਿਲਦਾ ਹੈ, ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਹੈਗਾ। ਜੇ ਤੁਸੀਂ ਨਿਊਜ਼ੀਲੈਂਡ ਜਾ ਰਹੇ ਹੋ ਜਾਂ ਨਿਊਜ਼ੀਲੈਂਡ ਤੋਂ ਵਾਪਸ ਇੰਡੀਆ ਆ ਰਹੇ ਹੋ, ਉਸੇ ਹੀ ਕੇਸ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ ਦਾ ਟ੍ਰਾਂਜ਼ਿਟ ਮਿਲ ਸਕਦਾ, ਅਦਰਵਾਈਜ਼ ਵੀਜ਼ਾ ਜਿਹੜਾ ਹੈਗਾ ਉਹ ਨਹੀਂ ਮਿਲਦਾ। ਸੋ ਸਭ ਤੋਂ ਪਹਿਲੀ ਸ਼ਰਤ ਕੀ ਹੈ ਕਿ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਟ੍ਰਾਂਜ਼ਿਟ ਕਰੋਗੇ। ਟ੍ਰਾਂਜ਼ਿਟ ਦਾ ਮਤਲਬ ਕੀ ਹੁੰਦਾ ਹੈ ਕਿ ਮੈਂ ਤੁਹਾਡੇ ਕੰਟਰੀ ਦੇ ਥਰੂ ਕਿਸੇ ਹੋਰ ਕੰਟਰੀ 'ਚ ਫਲਾਈ ਕਰਨਾ ਹੈਗਾ। ਉਸ ਵਾਸਤੇ ਕੀ ਹੈ, ਇੱਕ ਤੁਹਾਡੇ ਕੋਲ ਅਗਲੀ ਕੰਟਰੀ ਦਾ ਵੀਜ਼ਾ ਹੋਣਾ ਚਾਹੀਦਾ, ਯਾਨੀ ਕਿ ਨਿਊਜ਼ੀਲੈਂਡ ਦਾ ਵੀਜ਼ਾ ਹੋਣਾ ਚਾਹੀਦਾ। ਦੂਜਾ, ਤੁਹਾਡੇ ਕੋਲ ਕਨਫਰਮ ਟਿਕਟ ਬੁਕਿੰਗ ਹੋਣੀ ਚਾਹੀਦੀ ਹੈਗੀ ਹੈ। ਕਨਫਰਮ ਇਹ ਨਹੀਂ ਕਿ ਤੁਸੀਂ ਡੰਮੀ ਲਾ ਦਿਓ ਜਾਂ ਹੋਲਡ ਕਰਕੇ ਲਾ ਦਿਓ, ਕਨਫਰਮ ਬੁਕਿੰਗ ਔਰ ਉੱਥੇ ਤੁਹਾਡੇ ਕੋਲ ਸਫੀਸ਼ੈਂਟ ਸਟੇਅ ਚਾਹੀਦਾ, 3 ਤੋਂ 4 ਘੰਟਿਆਂ ਦਾ ਤੁਹਾਡੀ ਟਿਕਟ ਦੇ ਵਿੱਚ ਸਟੇਅ ਵੀ ਹੋਵੇ, ਜਿਸ ਨੂੰ ਦੇਖ ਕੇ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਇਹਦੇ ਵਾਸਤੇ ਐਲੀਜੀਬਿਲਟੀ ਕੀ ਹੁੰਦੀ ਹੈ, ਕੋਈ ਖਾਸ ਐਲੀਜੀਬਿਲਟੀ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਤੁਸੀਂ ਆਪਦੇ ਨਿਊਜ਼ੀਲੈਂਡ ਵੀਜ਼ਾ ਦੀ ਕਾਪੀ ਲਾਉਣੀ ਹੈ, ਆਪਣੇ ਪਾਸਪੋਰਟ ਦੀ ਕਾਪੀ ਲਾਉਣੀ ਹੈ ਅਤੇ ਆਪਣੇ ਕਨਫਰਮ ਟਿਕਟ ਦੀ ਕਾਪੀ ਲਾਉਣੀ ਹੈ ਅਤੇ ਨਾਲ ਤੁਸੀਂ ਬੈਂਕ ਸਟੇਟਮੈਂਟ ਲਾ ਦਿਓ, ਦੈਟਸ ਇਟ। ਹੋਰ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪੇਪਰ, ਹਾਂ ਤੁਹਾਡੀ ਡਿਟੇਲ ਸਾਰੀ ਜਾਂਦੀ ਹੈ, ਡਿਟੇਲ ਤੁਸੀਂ ਉਹੀ ਪਾਣੀ ਹੈ ਉਹਦੇ ਵਿੱਚ ਜਿਹੜੀ ਤੁਸੀਂ ਨਿਊਜ਼ੀਲੈਂਡ ਦੇ ਵੀਜ਼ਾ ਨੂੰ ਦਿੱਤੀ ਹੈਗੀ ਹੈ। ਸੋ ਜੇਕਰ ਤੁਸੀਂ ਆਸਟ੍ਰੇਲੀਆ ਦਾ ਟ੍ਰਾਂਜ਼ਿਟ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ, ਕਨਫਰਮ ਟਿਕਟ, ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈਗੀ ਹੈ। ਸੋ ਇਹਨਾਂ ਪੇਪਰਾਂ ਨਾਲ ਤੁਸੀਂ ਟ੍ਰਾਂਜ਼ਿਟ ਵੀਜ਼ਾ ਲੈ ਸਕਦੇ ਹੈਗੇ ਹੋ। ਟ੍ਰਾਂਜ਼ਿਟ ਵੀਜ਼ਾ ਕਰਨ ਦਾ ਵੀ ਤਰੀਕਾ ਹੁੰਦਾ, ਹਰ ਇੱਕ ਬੰਦੇ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ। ਟ੍ਰਾਂਜ਼ਿਟ ਦੇ ਟੂਰਿਸਟ ਦੇ ਵਿੱਚ ਫਰਕ ਹੈਗਾ, ਕਈ ਲੋਕ ਟੂਰਿਸਟ ਨੂੰ ਹੀ ਟ੍ਰਾਂਜ਼ਿਟ ਸਮਝ ਲੈਂਦੇ ਨੇ, ਟ੍ਰਾਂਜ਼ਿਟ ਨੂੰ ਹੀ ਟੂਰਿਸਟ ਸਮਝ ਲੈਂਦੇ ਨੇ ਕਿ ਟ੍ਰਾਂਜ਼ਿਟ ਲੈ ਕੇ ਅਸੀਂ ਉੱਥੇ ਐਂਟਰ ਕਰ ਜਾਂਗੇ। ਟ੍ਰਾਂਜ਼ਿਟ ਦੋਸਤੋ 48 ਘੰਟਿਆਂ ਤੱਕ ਦਾ ਹੀ ਵੀਜ਼ਾ ਹੁੰਦਾ। ਜੇ ਟੂਰਿਸਟ ਵੀਜ਼ੇ ਦੀ ਗੱਲ ਕਰੀਏ, ਟੂਰਿਸਟ ਵੀਜ਼ਾ ਆਸਟ੍ਰੇਲੀਆ 3 ਸਾਲ ਤੱਕ ਦਾ ਦੇ ਦਿੰਦਾ ਹੈ, ਬਟ ਟ੍ਰਾਂਜ਼ਿਟ ਵੀਜ਼ਾ 48 ਘੰਟੇ ਤੱਕ ਦੀ ਮਿਲਦਾ ਹੈ। 48 ਘੰਟੇ ਤੁਸੀਂ ਰੁਕ ਸਕਦੇ ਹੋ, 48 ਘੰਟਿਆਂ ਬਾਅਦ ਤੁਹਾਨੂੰ ਆਪਣਾ ਉਹ ਕੰਟਰੀ ਜਿਹੜਾ ਹੈਗਾ ਜਾਂ ਐਗਜ਼ਿਟ ਕਰਨਾ ਪੈਂਦਾ ਜਾਂ ਆਪਣਾ ਵੀਜ਼ਾ ਚੇਂਜ ਕਰਨਾ ਪੈਂਦਾ। ਇਹਦੇ ਵਿੱਚ ਟ੍ਰਾਂਜ਼ਿਟ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਟ੍ਰਾਂਜ਼ਿਟ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਤੁਹਾਨੂੰ ਇੱਕ ਵਾਰੀ ਕੰਟਰੀ ਜਿਹੜਾ ਉੱਥੋਂ ਐਗਜ਼ਿਟ ਕਰਨਾ ਪੈਂਦਾ ਹੈ। ਸੋ ਇਸ ਕਰਕੇ ਜੇਕਰ ਤੁਸੀਂ ਟ੍ਰਾਂਜ਼ਿਟ 'ਚੋਂ ਟੂਰਿਸਟ ਲੈਣਾ ਹੈਗਾ, ਉਹਦਾ ਇੱਕ ਅਲੱਗ ਸਿਸਟਮ ਹੁੰਦਾ, ਉਹ ਵੀ ਕਿੱਤਾ ਜਿਹੜਾ ਹੈਗਾ ਉਹ ਜਾ ਸਕਦਾ ਹੈਗਾ। ਸੋ ਦੋਸਤੋ, ਉਮੀਦ ਕਰਦਾ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਹੋਰ ਵਧੇਰੇ ਜਾਣਕਾਰੀ ਲਈ ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।